प्यारे बच्चों सत श्री अकाल आज ਅਸੀਂ ਪੰਜਾਬੀ ਦੀ ਗ੍ਰੈਮਰ ਬੁੱਕ ਵਿੱਚੋਂ ਟੌਪਿਕ ਅੱਖਰ ਬੋਧ ਪੜ੍ਹਾਂਗੇ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਅੱਖਰ ਬੋਧ ਬਾਰੇ ਕੀ ਅੱਖਰ ਬੋਧ ਕਿਸ ਨੂੰ ਆਖਦੇ ਹਨ ਅੱਖਰ ਬੋਧ ਵਿਆਕਰਨ ਦੇ ਉਸ ਭਾਗ ਨੂੰ ਕਹਿੰਦੇ ਹਨ ਜਿਸ ਵਿੱਚ ਅੱਖਰਾਂ ਲੱਗਾ ਲਗਾਖਰਾਂ ਅਤੇ ਸ਼ਬਦ ਜੋੜਾਂ ਦੇ ਡੀਮਾ ਸੰਬੰਧੀ ਗਿਆਨ ਪ੍ਰਾਪਤ ਹੁੰਦਾ ਹੈ ਉਸ ਤੋਂ ਬਾਅਦ ਹੈ ਲੀਪੀ ਕੀ ਲਿਪੀ ਕੀ ਹੁੰਦੀ ਹੈ ਲਿਪੀ ਜਿਹੜੇ ਚਿੰਨਾਂ ਦੁਆਰਾ ਕਿਸੇ ਭਾਸ਼ਾ ਨੂੰ ਲਿਖਿਆ ਜਾਂਦਾ ਹੈ ਉਹਨਾਂ ਚਿੰਨਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ ਕਿ ਉਹ ਚਿੰਨ ਜਿਹੜੇ ਕਿਸੇ ਵੀ ਭਾਸ਼ਾ ਨੂੰ ਲਿਖਣ ਵਿੱਚ ਵਰਤੇ ਜਾਂਦੇ ਹਨ ਉਹਨਾਂ ਨੂੰ ਲਿਪੀ ਕਿਹਾ ਜਾਂਦਾ ਹੈ ਹਰ ਭਾਸ਼ਾ ਦੀ ਆਪਣੀ ਇੱਕ ਵੱਖਰੀ ਲਿਪੀ ਹੈ ਜਿਵੇਂ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ ਹਿੰਦੀ ਭਾਸ਼ਾ ਦੀ ਲਿਪੀ ਦੇਵਨਾਗਰੀ ਹੈ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ ਤੇ ਇਸ ਦੇ 35 ਅੱਖਰ ਹੁੰਦੇ ਹਨ ਕਿੰਨੇ ਅੱਖਰ ਹੁੰਦੇ ਹਨ 35 ਤੇ ਜਿਸ ਕਰਕੇ ਇਸ ਨੂੰ 35 ਵੀ ਕਿਹਾ ਜਾਂਦਾ ਹੈ ਇਸ 35 ਵਿੱਚ 6 ਮੂਲ ਅੱਖਰਾਂ ਦੇੇਠਾਂ ਬਿੰਦੀ ਲਗਾ ਕੇ ਅੱਖਰਾਂ ਵਿੱਚ ਵਾਧਾ ਹੋ ਗਿਆ ਹੈ ਅ ਤੇ ਇਸ ਦੀ ਗਿਣਤੀ ਹੁਣ 41 ਹੋ ਗਈ ਹੈ ਅਗੇ ਹੈ ਕਿ ਇਸ ਦੇ ਵਰਗ ਕੀ ਪੰਜਾਬੀ ਪਾਸ਼ਾ ਦੀ ਲਿਪੀ ਗੁਰਮੁਖੀ ਨੂੰ 8 ਵਰਗਾਂ ਵਿੱਚ ਵੰਡਿਆ ਗਿਆ ਹੈ ਜਿਵੇਂ ਮੁੱਖ ਵਰਗ ਹੈ ਊੜਾ ਐੜਾ ਈੜੀ ਸਸਾ ਹਾਹਾ ਸੈਕੰਡੇ ਕੁ ਵਰਗ ਚੁ ਵਰਗ ਟ ਵਰਗ ਤ ਵਰਗ ਪ ਵਰਗ ਅੰਤਿਮ ਵਰਗ ਤੇ ਨਵੀਨ ਵਰਗ ਨਵੀਨ ਵਰਗ ਕਿਹੜਾ ਬਣਿਆ ਜਿਹੜੇ 6 ਅੱਖਰ ਹਨ ਲਾਸਟ ਵਾਲੇ ਜਿਵੇਂ ਸਸੇ ਪੈਰ ਬਿੰਦੀ ਕਕੇ ਪੈਰ ਬਿੰਦੀ ਗਗੇ ਪੈਰ ਬਿੰਦੀ जज्जे पैर बिंदी फफे पैर बिंदी लल्ले पैर बिंदी इस तो बा है अखर बोध दया किस्म अखर बोध दया चार हैं फर्स्ट है स्वर व्यंजन अनुनाशक ते दुत अखर हूँ देखो स्वर के आ, ई ई, उ, 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 ए ओ, ओ। व्यंजन ਸਸੇ ਤੋਂ ਲੈ ਕੇ ੜਾੜਾ ਤੱਕ ਵਿਅੰਜਨ ਹਨ ਕਿ ਜਿਹੜੀ ਸਾਡੀ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਹੈ ਜਾਂ ਜਿਹੜੀ ਸਾਡੀ ਵਰਣਮਾਲਾ ਹੈ ਉਸ ਵਿੱਚ ਸਸੇ ਤੋਂ ਲੈ ਕੇ ੜਾੜਾ ਤੱਕ ਇਹ ਸਾਰੇ ਵਿਅੰਜਨ ਹਨ ਤੇ ਇਹਨਾਂ ਦੀ કુલ ਗਿਣਤੀ ਕਿੰਨੀ ਹੈ 32 32 ਇਹਨਾਂ ਦੀ કુલ ਗਿਣਤੀ 32 ਹੈ ਤੇ ਊੜਾ ਆੜਾ ਈੜੀ ਏ ਸਵਾਰੂ ਚਾਂਦੇ ਹਨ ਅੱਗੇ ਹੈ ਅਨੁਨਾਸ਼ਿਕ ਅਨੁਨਾਸ਼ਿਕ ਅੱਖਰ ਕਿਹੜੇ ਹਨ ਐਆਂ ਯਈਆਂ ਨੰਨਾ ਹੜਾਣਾ ਤੇ ਮਮਾ ਤੇ ਲਾਸਟ ਹੈ ਦੁੱਤ ਅੱਖਰ ਦੁੱਤ ਅੱਖਰ ਕਿਹੜੇ ਹਨ ਦੁੱਤ ਅੱਖਰ ਹਨ ਹੀ ਹਾ ਹਰ ਆ ਵਾ ਜੀਵੇ ਪ੍ਰਭੂ ਸੁਯਮਾਨ ਪ੍ਰੀਤ શ્રીਮਾਨ ਇਹ ਕੀ ਹਨ ਦੁੱਤ ਅੱਖਰ ਕਹਿੰਦੇ ਹਨ ਜਿਹੜੇ ਕਿਸੇ ਵੀ ਅੱਖਰ ਦੇ ਪੈਰਾਂ ហេਟ ਲੱਗਦੇ ਹਨ ਹੁਣ ਦੇਖੋ ਜਿਵੇਂ ਪ੍ਰਭੂ ਹੈ ਉਸ ਪੱਪੇ ਦੇ ਪੈਰ ਹੈ ਇੱਥੇ ਇੱਥਾਂ ਰਾਰਾ ਲੱਗਿਆ ਹੈ ਸਵੈਮਾਨ ਵਿੱਚ ਸਸੇ ហេਟਾ ਲੱਗਿਆ ਹੈ ਵਾਵਾ ਠੀਕ ਹੈ ਜਿਹੜੇ ਅੱਖਰ ਪੈਰੀ ហេਟ ਲੱਗਦੇ ਹਨ ਉਹਨਾਂ ਨੂੰ ਅਸੀਂ ਦੂਤ ਅੱਖਰ ਵੀ ਆਖਦੇ ਹਨ ਤੇ ਬੱਚੋ ਤੁਸੀਂ ਚੈਪਟਰ ਨੂੰ ਆਪਣੀ ਪੰਜਾਬੀ ਦੀ ਲਿਟਰੇਚਰ ਬੁੱਕ ਵਿੱਚੋਂ ਚੰਗੀ ਤਰ੍ਹਾਂ ਪੜੋਗੇ ਸਮਝੋਗੇ ਤੇ ਇਸ ਦੀ ਬੈਕ ਐਕਸਰਸਾਈਜ਼ ਆਪਣੀ ਬੁੱਕ ਵਿੱਚ ਕਰੋਗੇ ਉਹਦੇ ਕੋਲ ਸুইਥ ਫਰਸਟ ਕੁਐਸਚਨ ਹੈ ਕਿ ਅੱਖਰ ਬੋਧ ਕਿਸ ਨੂੰ ਕਹਿੰਦੇ ਹਨ ਕਿਸ ਨੂੰ ਕਹਿੰਦੇ ਹਨ ਕਿ ਅੱਖਰ ਬੋਧ ਵਿਆਕਰਨ ਦੇ ਉਸ ਭਾਗ ਨੂੰ ਕਹਿੰਦੇ ਹਨ ਜਿਸ ਵਿੱਚ ਅੱਖਰਾਂ ਲਗਾ ਲਗਾਖਰਾਂ ਤੇ ਸ਼ਬਦ ਜੋੜਾਂ ਦੇ ਨਿਯਮਾਂ ਸੰਬੰਧੀ ਗਿਆਨ ਪ੍ਰਾਪਤ ਹੁੰਦਾ ਹੈ ਸੈਕਿੰਡ ਲਿਪੀ ਤੋਂ ਕੀ ਭਾਵ ਹੈ ਜਿਹੜੇ ਚਿੰਨ੍ਹਾਂ ਦੁਆਰਾ ਕਿਸੇ ਭਾਸ਼ਾ ਨੂੰ ਲਿਖਿਆ ਜਾਂਦਾ ਹੈ ਉਹਨਾਂ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਕਿਹੜਾ ਨਵੀਨ ਵਰਗ ਹੈ ਨਵੀਨ ਵਰਗ ਕਿਹੜਾ ਹੈ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ ਇਹ ਜਿਹੜੇ 6 ਅੱਖਰ ਹਨ ਇਹ ਨਵੀਨ ਵਰਗ ਦੇ ਵਿੱਚ ਆਉਂਦੇ ਹਨ ਅੰਤਿਮ ਵਰਗ ਦੇ ਅੱਖਰ ਲਿਖੋ ਅੰਤਿਮ ਵਰਗ ਕਿਹੜਾ ਹੈ ਯਯਾ ਰਾਰਾ ਲੱਲਾ ਵਾਵਾ ਤੇ ੜਾੜਾ ਨੈਕਸਟ ਹੈ ਅੱਖਰ ਬੋਧ ਦੀਆਂ ਕਿਹੜੀਆਂ ਕਿਸਮਾਂ ਹਨ ਅੱਖਰ ਬੋਧ ਦੀਆਂ 4 ਕਿਸਮਾਂ ਹਨ ਸਵਰ ਵਿਅੰਜਨ ਅਨੁਨਾਸ਼ਕ ਤੇ ਦੁਤਖਰ ਨੈਕਸਟ ਹੈ ਕਿ ਦੁਤਖਰ ਤੋਂ ਕੀ ਭਾਵ ਹੈ ਉਦਾਹਰਣਾ ਲਿਖੋ ਦੁਤਖਰ ਮੈਂ ਸਮਝਾਈ ਸੀ ਕਿਹੜੇ ਹਨ ਉਹ ਅੱਖਰ ਜਿਹੜੇ ਵਰਣਮਾਲਾ ਦੇ ਅੱਖਰਾਂ ਦੇ ਪੈਰੀ ਹੇਠ ਲੱਗ ਕੇ ਉਹਨਾਂ ਦੀ ਬੋਲੀ ਜਾਂ ਉਹਨਾਂ ਦਾ ਜਿਹੜਾ ਉਚਾਰਨ ਹੈ ਉਸ ਨੂੰ ਬਦਲ ਦਿੰਦੇ ਹਨ ਜਿਵੇਂ ਪ੍ਰੇਮ ਪ੍ਰੇਮ ਵਿੱਚ ਪੱਪੇ ਦੇ ਪੈਰੇ ਹੇਠਾ ਰਾਰਾ ਲੱਗਿਆ ਹੈ ਤੇ ਇਹ ਬਣ ਕੇ ਪ੍ਰ ਠੀਕ ਹੈ ਨੈਕਸਟ ਹੈ ਖਾਲੀ ਥਾਵਾਂ ਭਰੋ ਫਰਸਟ ਹੈ 35 ਵਿੱਚ ਅੱਖਰਾਂ ਦੀ ਗਿਣਤੀ ਡੈਸ਼ ਹੁੰਦੀ ਹੈ 35 35 ਕਿਸ ਨੂੰ ਕਹਿੰਦੇ ਹਨ ਕਿ ਜਿਹੜੀ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ ਇਸ ਦੇ 35 ਅੱਖਰ ਹੁੰਦੇ ਹਨ ਤੇ ਇਸ ਕਰਕੇ ਇਸ ਨੂੰ 35 ਕਿਹਾ ਜਾਂਦਾ ਹੈ ਗੁਰਮੁਖੀ ਲਿਪੀ ਦੀ ਵੰਡ ਡੈਸ਼ ਵਰਗਾਂ ਵਿੱਚ ਕੀਤੀ ਗਈ ਹੈ 9 ਨਵੀਨ ਵਰਗ ਵਿੱਚ ਡੈਸ਼ ਮੂਲ ਅੱਖਰਾਂ ਦੇ ਹੇਠਾਂ ਬਿੰਦੀ ਲਗਾਈ ਗਈ ਹੈ 6 ਅੱਖਰ ਬੋਧ ਦੀਆਂ ਡੈਸ਼ ਕਿਸਮਾਂ ਹਨ 4 ਗੁਰਮੁਖੀ ਲਿਪੀ ਵਿੱਚ ਡੈਸ਼ ਵਿੰਚਰ ਹੁੰਦੇ ਹਨ 32 ਯਾਨੀ 32 ਤੇ ਲਾਸਟ ਹੈ ਗੁਰਮੁਖੀ ਵਿੱਚ ਕਿੰਨੇ ਅੱਖਰ ਅਨੁਨਾਸ਼ਿਕ ਹਨ ਪੰਜ ਅੱਖਰ ਕਿਹੜੇ ਹਨ ਅਈਆਂ ਅਈਆਂ ਨੰਨਾ ਣਾਣਾ ਤੇ ਮੰਮਾ ਹੁਣ ਤੁਸੀਂ ਇਸ ਚੈਪਟਰ ਨੂੰ ਚੰਗੀ ਤਰ੍ਹਾਂ ਪੜੋਗੇ ਸਮਝੋਗੇ ਤੇ ਇਸ ਦੀ ਬੈਕ ਐਕਸਰਸਾਈਜ਼ ਆਪਣੇ ਬੁੱਕ ਵਿੱਚ ਕਰੋਗੇ ਥੈਂਕ ਯੂ